अत ते खुदा दा बैर हुंदा ए सियाणियां दी कहावत है ते इह अज बिलकुल सिद्ध हो चुकी है सही हो चुकी है। अत ते खुदा दा बैर जिहड़ी अत किसे टाइम सुखबीर बादल ने चक्की हुई सी बड़े हंकार दे विच गल्लां करदा सी कहिंदा सी कि पंजाब दे विच जे पत्ता हिलूगा तां बादलकियां दे कहिण ते हिलूगा जे पंजाब चलूगा तां बादलकियां दे सिर ते चलूगा। एह गल्लां सी कदे बादल दियां कि जे परिंदा पर मारूगा तां बादलकियां तों पुछ के मारूगा ते अज उही बादल के किथे खड़े हो गए ने आ जिमनी चोणां दे विच लभोगा बादलकियां दा कोई कैंडीडेट है बादलकियां वल्लों कोई बंदा खड़ा कीता होया है सिर्फ चार सीटां ते चोणां ने जदों 117 ते होणगियां उदों तां पता नहीं की होऊगा। अज चार सीटां ते भी श्रोमणी अकाली दल बादल दल चोणां नहीं लड़ रहा इनकार कीता इन्हां ने कि असीं चोणां नहीं लड़ांगे। फिर अत ते खुदा दा वैर उही गल आ गई। सुखबीर बादल कहिंदा सी कि असीं 25 साल राज करांगे सुखबीर बादल कदे कि असीं 25 साल राज करांगे पर अज उह 25 साल करन वाले किथे गए अज 25 साल राज करन वाले किथे ने भला लभोगा जिहड़े कहिंदे सी 25 साल राज करांगे ते अज इहनां दा दलजीत चीमा इंटरव्यू कर रहा सी ते मैं सुन रहा सी उहदे विच चीमा कह रहा सी कि अकाल तख्त साहब तो सुखबीर बादल नूं सजा मिली है ते उह सजा कट रहे ने ते जथेदार साहब ने कहा है कि उह 1 साल दे लई प्रचार नहीं कर सकदे ते मैं पुछना चाहुंदा चीमे नूं कि दलजीत चीमा जी बादल नहीं प्रचार कर सकदा तुसीं तां कर सकदे हो इत्थों तां फिर तुसीं अज बिलकुल ही क्लीयर कर दिता है कि जिहड़ी श्रोमणी अकाली दल है उह बादलकियां दी है बादलकियां तों बिना कोई भी बंदा इहदे विच लीडर नहीं कोई भी बंदा प्रचार नहीं कर सकदा ते बादलकियां तों बिना कोई बंदा भी खड़ा नहीं कर सकदा इत्थों तां इही सिद्ध हुंदा इहदा मतलब तुसीं तां फिर उहीं बिना गल तों वेले तुरे फिरदे हो तुसीं कोई फैसला नहीं लै सकदे तुसीं प्रचार नहीं कर सकदे तुसीं कोई बंदा ही नहीं खड़ा कर सकदे बादल तों बिना। इत्थों सिद्ध हुंदा है कि जिहड़ी साडी खेतरी पार्टी सी ਉਹ ਤੇ ਬਾਦਲਕਿਆਂ ਦਾ ਕਬਜ਼ਾ ਬਿਲਕੁਲ ਤੈਅ ਹੈ। ਵੈਸੇ ਤਾਂ ਪਹਿਲਾਂ ਦਾ ਹੀ ਪਤਾ ਹੈ ਕਿ ਬਾਦਲਕਿਆਂ ਦਾ ਜਿਹੜਾ ਕਬਜ਼ਾ ਹੈ ਉਹ ਹੋਇਆ ਹੋਇਆ ਹੈ। ਪਹਿਲਾਂ ਲੋਕਾਂ ਨੂੰ ਪਤਾ ਸੀ ਪਰ ਅੱਜ ਲੀਡਰਾਂ ਨੂੰ ਵੀ ਪਤਾ ਹੁਣ ਲੱਗ ਗਿਆ ਹੋਣਾ ਲੀਡਰਾਂ ਨੂੰ ਵੀ ਪਤਾ ਲੱਗ ਗਿਆ ਹੋਣਾ ਜਿਹੜੇ ਬਾਦਲ ਦੇ ਆਲੇ ਦੁਆਲੇ ਫਿਰਦੇ ਸੀ। ਬਾਦਲ ਇਹਨਾਂ ਨੂੰ 4 ਬੰਦੇ ਖੜੇ ਕਰਨ ਲਈ ਵੀ ਇਜਾਜ਼ਤ ਨਹੀਂ ਦਿੱਤੀ ਹੋਣੀ। ਸਜ਼ਾ ਇਕੱਲਾ ਬਾਦਲ ਕੱਟ ਰਿਹਾ ਬਾਕੀ ਲੀਡਰ ਦਾ ਨਹੀਂ ਤੇ ਸਜ਼ਾ ਹੈਗੀ ਕਿਹਦੀ ਹੈ ਗਲਤੀਆਂ ਦੀ ਨਹੀਂ ਗੁਨਾਹਾਂ ਦੀ ਹੈ ਗੁਨਾਹਾਂ ਦੀ ਹੈ। ਜੇ ਅੱਜ ਚੱਜਦੇ ਹੁੰਦੇ ਜੇ ਪੰਥ ਨਾਲ ਖੜੇ ਹੁੰਦੇ ਜੇ ਪੰਜਾਬ ਨਾਲ ਖੜੇ ਹੁੰਦੇ ਤੇ ਅੱਜ ਜਿਮਣੀ ਚੋਣਾਂ ਜਿੱਤਦੇ ਬੰਦੇ ਖੜੇ ਕਰਦੇ। ਜਿੱਤਣਾ ਗੱਲ ਦੂਰ ਦੀ ਹੁੰਦੀ ਹੈ ਜਿੱਤਾਂ ਹਾਰਾਂ ਹੁੰਦੀਆਂ ਆਈਆਂ ਨੇ ਪਰ ਮੈਦਾਨ ਦੇ ਵਿੱਚ ਲੜਨਾ ਜ਼ਰੂਰੀ ਹੁੰਦਾ ਖੇਡਣਾ ਜ਼ਰੂਰੀ ਹੁੰਦਾ। ਤੁਸੀਂ ਤਾਂ ਮੈਦਾਨ ਛੱਡ ਕੇ ਭੱਜ ਗਏ ਹੋ ਬਾਦਲ ਸਾਹਿਬ ਮੈਦਾਨ ਛੱਡ ਕੇ ਭੱਜ ਗਏ ਹੋ। ਲੱਗ ਗਿਆ ਪਤਾ ਕਿ ਪੰਥ ਦੇ ਵਿੱਚ ਕਿੰਨੀ ਤਾਕਤ ਹੈ। ਜਿਹੜਾ ਵੀ ਸਾਡੇ ਪੰਥ ਨਾਲ ਪੰਗਾ ਲਊਗਾ ਉਹਦੇ ਹਾਲਾਤ ਬਾਦਲਕਿਆਂ ਵਰਗੇ ਹੋਣੇ ਆ। ਹਿਸਾਬ ਲਾ ਲਓ ਭਗਵੰਤ ਮਾਨ ਸਾਹਿਬ ਅੱਜ ਤੁਸੀਂ ਵੀ ਉਸੇ ਕੁਰਸੀ ਤੇ ਬੈਠੇ ਹੋ ਜਿਹੜੀ ਕੁਰਸੀ ਤੇ ਬਹਿ ਕੇ ਡਿਪਟੀ ਸੀਐਮ ਰਹਿ ਕੇ ਕਦੇ ਸੁਖਬੀਰ ਬਾਦਲ ਹੰਕਾਰ ਚ ਬੋਲਦਾ ਸੀ ਕਿ ਪਰਿੰਦੇ ਪਰ ਮਾਰਨਗੇ ਤਾਂ ਬਾਦਲਕਿਆਂ ਤੋਂ ਪੁੱਛ ਕੇ ਮਾਰਨਗੇ ਤੇ ਭਗਵੰਤ ਮਾਨ ਸਾਹਿਬ ਅੱਜ ਉਸੇ ਹੰਕਾਰ ਦੇ ਵਿੱਚ ਤੁਸੀਂ ਹੋ ਅੱਜ ਉਹੀ ਗੱਲਾਂ ਤੁਸੀਂ ਕਰਦੇ ਹੋ ਤੇ ਫਿਰ ਹਿਸਾਬ ਲਾ ਲਓ ਕਿ ਭਗਵੰਤ ਮਾਨ ਸਾਹਿਬ ਤੁਹਾਡੇ ਹਾਲਾਤ ਵੀ ਕਦੇ ਨਾ ਕਦੇ ਆ ਕੇ ਹੀ ਹੋਣਗੇ ਕਿਉਂਕਿ ਪੰਥ ਨਾਲ ਖਹਿਣ ਵਾਲਿਆਂ ਦੇ ਹਾਲਾਤ ਇਹੀ ਹੁੰਦੇ ਆ। ਸਾਡਾ ਇਤਿਹਾਸ ਰਿਹਾ ਬੜੇ ਲੰਬੇ ਸਮੇਂ ਤੋਂ ਜਿਹੜਾ ਪੰਥ ਨਾਲ ਖਹੂਗਾ ਉਹਦੇ ਹਾਲਾਤ ਇੱਥੇ ਰਹਿੰਦੇ ਰਹਿੰਦੇ ਪਤਾ ਲੱਗਣਗੇ। ਸਦੀਆਂ ਤੋਂ ਮੱਸੇ ਰੰਗੜ ਅਰਗੇ ਅਬਦਾਲੀ ਅਰਗੇ ਕਿੰਨੀ ਬੰਦੇ ਆਏ ਬੜੇ ਧਾੜ ਵੀ ਆਏ ਪੰਥ ਨਾਲ ਖੈਂਦੇ ਰਹੇ
ਤੇ ਉਹਨਾਂ ਦਾ ਵਿਨਾਸ਼ ਹੀ ਹੁੰਦਾ ਰਿਹਾ, ਨਾਸ਼ ਹੀ ਹੁੰਦਾ ਰਿਹਾ। ਤੇ ਉਹੀ ਕੰਮ ਅੱਜ ਬਾਦਲ ਦਲ ਨਾਲ ਹੋਇਆ ਕਿ ਜਿਹੜੇ ਕਦੇ ਕਹਿੰਦੇ ਸੀ 25 ਸਾਲ ਰਾਜ ਕਰਾਂਗੇ, ਸਾਡੀ ਸਰਕਾਰ ਜਾਣੀ ਹੀ ਨਹੀਂ, ਤੇ ਅੱਜ ਉਹਨਾਂ ਨੂੰ 4 ਬੰਦੇ ਖੜੇ ਕਰਨ ਵਾਸਤੇ 20 ਬੰਦੇ ਨਹੀਂ ਮਿਲੇ। ਇਨਕਾਰ ਕਰਤਾ। ਇਨਕਾਰ ਕਿਉਂ ਕੀਤਾ? ਕਿਉਂਕਿ ਪਤਾ ਹੈ ਜੇ ਪਿੰਡਾਂ 'ਚ ਜਾਵਾਂਗੇ ਵੋਟਾਂ ਮੰਗਾਂਗੇ ਤਾਂ ਵੋਟਾਂ ਨਹੀਂ ਪੈਣੀਆਂ, ਪੀਪੇ ਖਾਲੀ ਨਿਕਲਣਗੇ। ਇੱਥੋਂ ਕਲੀਅਰ ਹੋ ਗਈ ਗੱਲ। ਤੇ ਪੰਥ ਸਿਆਂ ਵਾਰੀ ਤੇਰੀ ਵੀ ਭਰਾਵਾ ਆਉਣੀ ਹੈ, ਪੰਥ ਨੇ ਸਜ਼ਾ ਤੈਨੂੰ ਵੀ ਲਾਉਣੀ ਹੈ। ਤੁਸੀਂ ਵੀ ਅੱਜ ਉਸੇ ਪਾਵਰ 'ਤੇ ਬਹਿ ਕੇ ਕਦੇ ਸਾਡੇ ਮੁੰਡਿਆਂ 'ਤੇ NSA ਲਾ ਦਿੰਦੇ ਹੋ, ਕਦੇ ਸਾਡੇ ਮੁੰਡਿਆਂ 'ਤੇ ਜੇਲ੍ਹਾਂ 'ਚ ਬੈਠਿਆਂ 'ਤੇ ਕਾਤਲ ਗੱਲ ਲਾ ਦਿੰਦੇ ਹੋ, ਕਦੇ ਕੁਛ ਕਦੇ ਕੁਛ ਕਦੇ ਕੁਛ ਕਦੇ ਕੁਛ। ਇਸੇ ਕੁਰਸੀ 'ਤੇ ਬਹਿ ਕੇ ਕਦੇ ਸੁਖਬੀਰ ਬਾਦਲ ਵੀ ਆਹੀ ਕੁਛ ਕਰਦਾ ਸੀ ਜੋ ਅੱਜ ਭਗਵੰਤ ਮਾਨ ਕਰ ਰਿਹਾ। ਤੇ ਭਗਵੰਤ ਸਿਆਂ ਫਿਰ ਸਮਾਂ ਨਹੀਂ ਲੱਗਦਾ, ਪੰਥ ਨਾਲ ਜਿਹੜਾ ਪੰਗਾ ਲਊਗਾ ਉਹ ਫਿਰ ਮੁੱਦੇ ਮੂੰਹ ਡਿੱਗੂਗਾ। ਤੁਹਾਡੇ ਸਾਹਮਣੇ ਅੱਜ ਰਿਕਾਰਡ ਕਰ ਲਓ ਮੇਰੀ ਗੱਲ, ਪੰਥ ਨਾਲ ਜਿਹੜੇ ਬੰਦੇ ਪੰਗੇ ਲੈਣਗੇ ਤਾਂ ਉਹ ਮੁੱਦੇ ਮੂੰਹ ਹੀ ਡਿੱਗਣਗੇ। ਗੱਲ ਯਾਦ ਰੱਖਿਓ।